ਇਹ ਸਿੱਧੂ ਮੂਸੇ ਵਾਲਾ ਨਾਮ ਕਿਨੇ ਰੱਖਿਆ ਸੀ ਫਿਰ? ਸਿੱਧੂ ਮੂਸੇ ਵਾਲਾ ਐਕਚੁਅਲੀ ਆਪਣੇ ਪਿੰਡ ਇੱਥੇ ਗੱਲਾਂ ਬਾਤਾਂ ਤੁਰੇ ਤੁਰੇ ਫਿਰਦੇ ਰਹਿੰਦੇ ਸੀਗੇ ਨਾ। ਐਕਚੁਅਲੀ ਸਾਡੇ ਪਿੰਡੋਂ ਨਾ ਇੱਕ ਕਟਿੰਗ ਦੀ ਦੁਕਾਨ ਸੀ ਹੈ ਨਾ, ਵਾਲ ਕਟਾਉਣ ਦੀ ਨਾ, ਮੇਰੇ ਮੇਰਾ ਫਰੈਂਡ ਵਾਲ ਕਟਾਉਣ ਗਿਆ, ਮੈਂ ਉਹ ਨਾਲ ਚਲਾ ਗਿਆ ਅਤੇ ਮੈਂ ਬੈਠਾ ਗਾਈ ਜਾਂਦਾ। ਮਹਾਂ ਯਾਰ ਆਪਾਂ ਵੀ ਇੱਦਾਂ ਕਰਕੇ ਨਾ, ਬਾਈ ਤੂੰ ਗਾਉਣਾ? ਮਹਾਂ ਹਾਂ ਬਾਈ ਗਾਉਣਾ ਯਾਰ। ਅਤੇ ਮਹਾਂ ਬਾਈ ਆਪਣਾ ਸਿੱਧੂ ਹੈ ਨਾ ਵੀ, ਕਹਿੰਦਾ ਨਾਮ ਕੀ ਰੱਖਿਆ? ਮਹਾਂ ਆਪਣਾ ਨਾਂ ਜੋ ਹੈਗਾ ਉਹ ਬਹੁਤ ਹੀ ਚੱਲੂਗਾ ਆਪਣਾ ਹੈ ਨਾ। ਕਹਿੰਦਾ ਨਹੀਂ ਯਾਰ, ਕਹਿੰਦਾ ਬਾਈ ਮੈਂ ਤਾਂ ਕਹਿੰਦਾ ਤੈਨੂੰ ਇਹ ਕਹਿੰਦਾ, ਕਹਿੰਦਾ ਮੈਂ ਤੇਰੇ ਦੋਸਤ ਨਹੀਂ, ਕਹਿੰਦਾ ਸਾਰਾ ਸਾਲ ਕਹਿੰਦਾ ਫਰੀ ਦਾੜੀ ਕੱਟਿਆ ਕਰੂਗਾ, ਕਹਿੰਦਾ ਤੂੰ ਪਿੰਡ ਦਾ ਨਾਂ ਲੈ ਦੇ। ਮੈਨੂੰ ਵੀ ਲੱਗੀ ਹੈ ਤੁਹਾਡੇ ਜਿਹੜੇ ਕਟਿੰਗ ਜਿੱਥੇ ਤੁਸੀਂ ਕਰਾਉਣ ਜਾਂਦੇ ਸੀਗੇ ਜਾਂ ਜਿੱਥੇ ਜਾਂਦੇ ਸੀਗੇ ਉੱਥੇ ਦੀ ਗੱਲ ਕਰ ਰਹੇ ਹੋ? ਹਾਂ ਜੀ ਹਾਂ, ਆਪਣੇ ਪਿੰਡ ਦਾ ਹੀ ਮੁੰਡਾ ਸੀਗਾ ਉਹ। ਕਹਿੰਦਾ ਬਾਈ ਪਿੰਡ ਦਾ ਨਾਂ ਲੈ ਦੀ, ਕਹਿੰਦਾ ਮੈਂ 2 ਸਾਲ ਕਹਿੰਦਾ ਤੁਹਾਡੇ ਭਰਾ, ਕਹਿੰਦਾ ਜਿਹੜਾ ਤੇਰਾ ਵੀ ਫਰੈਂਡ ਹੈ, ਕਹਿੰਦਾ ਸਾਰਿਆਂ ਨੇ ਕਹਿੰਦਾ ਮੁਫ਼ਤ 'ਚ ਵਾਲ ਦਾੜੀਆਂ ਕੱਟਦਿਆ ਕਰੂ। ਪਿੰਡ ਦੇ ਇੱਕ ਨਾਈ ਦੇ ਕਰਕੇ ਤੁਸੀਂ ਕਿਹਾ, ਉਹਦੇ ਕਾਰਨ ਤੁਸੀਂ ਸਿੱਧੂ ਮੂਸੇ ਵਾਲਾ ਆਪਣੇ ਨਾਲ ਜੋੜੇ ਉਹਦੇ ਕਰਕੇ। ਤੇ ਉਹ ਤੋਂ ਬਾਅਦ ਮੈਨੂੰ ਵੀ ਲੱਗਿਆ ਨਾ ਵੀ ਮੈਂ ਉਹ ਚੀਜ਼ ਬਹਿ ਕੇ ਸੋਚੀ ਵੀ ਸੱਚੀ ਹੋਣਾ ਇਹ ਚੀਜ਼ ਜ਼ਰੂਰੀ ਹੈ ਨਾ। ਤੇ ਫਿਰ ਮੈਂ ਸ਼ੁਰੂ ਹੀ ਸਿੱਧੂ ਮੂਸੇ ਵਾਲੇ ਤੋਂ ਕੀਤਾ।